ਪਾਤੜਾਂ ਤੇ ਖਨੌਰੀ ਤੇ ਆਲੇ ਦਾਲੇ ਦੇ ਪਿੰਡਾਂ ਦੇ ਜਿੰਨੇ ਵੀ ਇੱਥੇ ਸਾਡੇ ਕਿਸਾਨ ਭਰਾ ਮਜ਼ਦੂਰ ਭਰਾ ਇਕੱਠੇ ਹੋਏ ਨੇ ਸਾਡੀਆਂ ਮਾਵਾਂ ਭੈਣਾਂ ਆਈਆਂ ਨੇ ਦੇਖੋ ਤੁਹਾਨੂੰ ਚਾਨਣਾ ਪਾ ਦਈਏ ਪੂਰਾ ਵਿਸਥਾਰ ਦੇ ਨਾਲ ਕਿ ਉਸ ਦਿਨ ਦੀ ਘਟਨਾ ਕੀ ਸੀ ਇਸ ਤਰ੍ਹਾਂ ਭਾਂਦੇ ਨੇ ਦੱਸਿਆ ਕਿ ਅਸੀਂ ਦਿੱਲੀਓਂ ਰਾਤ ਨੂੰ 2:30 ਵਜੇ ਦਾ ਵਕਤ ਸੀਗਾ ਅਸੀਂ ਆ ਰਹੇ ਸੀ ਅਸੀਂ ਦੇਖਿਆ ਕਿ 100-150 ਟਰੱਕ ਜਿਹੜਾ ਝੋਨੇ ਦਾ ਭਰ ਕੇ ਲੰਘ ਰਿਹਾ ਅਸੀਂ ਰੋਕ ਕੇ ਪੁੱਛਿਆ ਗੱਡੀਆਂ ਵਾਲਿਆਂ ਨੂੰ ਟਰੱਕਾਂ ਵਾਲਿਆਂ ਨੂੰ ਵੀ ਭਾਈ ਇਹ ਟਰੱਕ ਜਿਹੜੇ ਕਿੱਥੋਂ ਆਏ ਆ ਉਹ ਕੋਈ ਕਹਿੰਦਾ ਯੂਪੀ ਤੋਂ ਆਇਆ ਕੋਈ ਕਹਿੰਦਾ ਬਿਹਾਰ ਤੋਂ ਕੋਈ ਕਹਿੰਦਾ ਐਮਪੀ ਤੋਂ ਆਇਆ ਅਸੀਂ ਸਾਰੇ ਟਰੱਕ ਇਕੱਠੇ ਕਰਕੇ ਇਸੇ ਟੋਲ ਦੇ ਉੱਤੇ ਇਕੱਠੇ ਕਰਕੇ ਸਾਈਡ ਤੇ ਲਵਾ ਦੇ ਲਵਾ ਕੇ ਸਵੇਰੇ 8-9 ਵਜੇ 10 ਵਜੇ ਇੱਥੇ ਜਦੋਂ ਜਥੇਬੰਦੀਆਂ ਦੇ ਆਗੂਆਂ ਨੂੰ ਅਸੀਂ ਫੋਨ ਵੀ ਕੀਤੇ ਜਿਨ੍ਹਾਂ ਦੇ ਵਿੱਚ ਡਾਕਟਰ ਦਰਸ਼ਨਪਾਲ ਨਾਲ ਮੇਰੀ ਗੱਲ ਹੋਈ ਸੁਰਜੀਤ ਫੂਲ ਨਾਲ ਗੱਲ ਹੋਈ ਬਲਦੇਵ ਜੀਰੇ ਨਾਲ ਗੱਲ ਹੋਈ ਕਾਕੇ ਕੋਲੇ ਨਾਲ ਗੱਲ ਹੋਈ ਸਿੱਧੂਪੁਰ ਦਾ ਜਿਹੜੇ ਹੈਗੇ ਆ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਕਿ ਅਸੀਂ ਇੰਨੇ ਟਰੱਕ ਹੈ ਤੇ ਇਹ ਟਰੱਕ ਜਿਹੜੇ ਇੱਥੇ ਅਸੀਂ ਰੋਕ ਲਏ ਆ ਇਹਨਾਂ ਦੇ ਵਿੱਚ ਹੈ ਹੀ 1509 ਜਿਹੜੀ ਬਾਸਮਤੀ ਆ ਇਹਦੀ ਖਰੀਦ ਵੀ ਪ੍ਰਾਈਵੇਟ ਹੈ ਉਹ ਕਹਿੰਦੇ ਵੀ ਕੋਈ ਗੱਲ ਨੀ ਤੁਸੀਂ ਰੋਕ ਕੇ ਰੱਖੋ ਸਾਡੇ ਬੰਦੇ ਇੱਥੇ ਆਉਂਦੇ ਆ ਚਲੋ ਅਸੀਂ ਰੋਕ ਲਏ ਉਹਨਾਂ ਦੇ ਨੁਮਾਇੰਦੇ ਜਿਹੜੇ ਇੱਥੇ ਆਏ ਆ ਲੈ ਵੀਰ ਮੈਨੂੰ ਲਿਸਟ ਦੇ ਜੀ ਉਹ ਮੈਂ ਨਾ ਬੋਲੂੰਗਾ ਕਿਹੜੇ ਕਿਹੜੇ ਬੰਦਿਆਂ ਦੀ ਇੱਥੇ ਕਮੇਟੀ ਬਣੀ ਆ ਵੱਖ ਵੱਖ ਜਿਹੜੇ ਬੰਦਿਆਂ ਦੀ ਕਮੇਟੀ ਬਣੀ ਆ ਕਿਉਂਕਿ ਹਰ ਗੱਲ ਦਾ ਚਾਨਣਾ ਤੁਹਾਨੂੰ ਹੋਣਾ ਚਾਹੀਦਾ ਤੇ ਅਸੀਂ ਵੀ ਇਸ ਗੱਲ ਦਾ ਜਵਾਬ ਅੱਜ ਲੈ ਕੇ ਜਾਣਾ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਆ ਅਸੀਂ ਕਮੇਟੀ ਬਣਾਈ ਆ ਉਹਦੇ ਸੰਘਰਸ਼ ਕਮੇਟੀ ਟੋਲ ਪਲਾਜ਼ਾ ਖਨੌਰੀ ਪਾਤੜਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਰਣ ਸਿੰਘ ਚੱਠਾ ਰਾਜ ਸਿੰਘ ਗੁਰਪਿਆਰ ਸਿੰਘ ਸੁਖਚੈਨ ਸਿੰਘ ਸਾਦੀਹਰੀ ਭੀਮ ਸਿੰਘ ਕੜਿਆਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੁਖਦੇਵ ਸਿੰਘ ਗੁਰਪ੍ਰੀਤ ਸਿੰਘ ਜਗਿੰਦਰ ਸਿੰਘ ਸੂਬੇਦਾਰ ਨਰਾਤਾ ਸਿੰਘ ਤੇ ਜਨਪਾਲ ਸਿੰਘ ਅੱਛਾ ਜੀ ਅੱਗੇ ਆ ਗਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗੁਰਮੁਖ ਸਿੰਘ ਸਰਪੰਚ ਸੁਖਵੀਰ ਸਿੰਘ ਰਾਜੇਵਾਲ ਬੁੱਧ ਸਿੰਘ ਦਲਵਾਰਾ ਸਿੰਘ ਤੇ ਗੋਰਾ ਸਿੰਘ ਅੱਗੇ ਇੱਥੇ ਨੌਜਵਾਨ ਸੀ ਮੁੰਡੇ ਉਹ ਕਹਿੰਦੇ ਵੀ ਅਸੀਂ ਜੁੜੇ ਹੋਏ ਹਾਂ ਗਰਾਹਾਂ ਜਥੇਬੰਦੀ ਨਾਲ ਪਰ ਸਾਡੇ ਵੀ ਨਾਂ ਲਿਖੋ ਬੇਸ਼ੱਕ ਸਾਡੀ ਜਥੇਬੰਦੀ ਦਾ ਕੋਈ ਫੈਸਲਾ ਹੋਵੇ ਜਾਂ ਨਾ ਹੋਵੇ ਪਰ ਇਸ ਗੱਲ ਦੇ ਵਿੱਚ ਅਸੀਂ ਤੁਹਾਡੇ ਨਾਲ ਹੈ ਉਹਨਾਂ 'ਚ ਮੁੰਡਾ ਗੁਰਬਖਸ਼ ਸਿੰਘ ਖਨੌਰੀ ਤੋਂ ਗੁਰਪ੍ਰੀਤ ਖਨੌਰੀ ਨਿੱਕੂ ਸੱਜੂ ਸਿੰਘ ਤੇ ਮੰਗਲ ਸਿੰਘ ਸੋ ਇਹ 20 ਬੰਦਿਆਂ ਦੀ ਕਮੇਟੀ ਬਣਾ ਕੇ ਆ ਲੈਂਦੇ ਇਹਨਾਂ 20 ਬੰਦਿਆਂ ਦੀ ਕਮੇਟੀ ਬਣਦੀ ਆ ਕਮੇਟੀ ਬਣਾ ਕੇ ਅਸੀਂ ਰਾਤ ਨੂੰ ਇੱਥੋਂ ਇਹਨਾਂ ਨੂੰ ਕਹਿ ਕੇ ਦੂਜੀ ਰਾਤ ਕਿ ਯਾਰ ਅਸੀਂ 6-7 ਦਿਨ ਹੋ ਗਏ ਪਹਿਲਾਂ ਦਿੱਲੀ ਰਾਤਾਂ ਰਹੇ ਹਾਂ ਇੱਕੋ ਹੀ ਕੱਪੜੇ ਆ ਤੁਸੀਂ ਦੇਖੇ ਹੋਣੇ ਉਹ ਵੀਡੀਓ 'ਚ ਮੇਰੇ ਇੱਕੋ ਹੀ ਕੱਪੜੇ ਨੇ ਦਿੱਲੀ ਤੇ ਇੱਥੇ ਵੀ ਮੈਂ ਕਿਹਾ ਅਸੀਂ ਕੱਪੜੇ ਕੁੱਪੜੇ ਬਦਲੇ ਗਏ ਪਿੰਡ ਜਾ ਕੇ ਤੜਕੇ ਆ ਜਾਂਗੇ ਬਾਈ ਰਾਤ ਨੂੰ ਅਸੀਂ ਇੱਥੋਂ ਗਏ ਹਾਂ ਦੂਜੇ ਦਿਨ ਇੱਥੇ 5 ਵਜੇ ਅਸੀਂ 6 ਵਜੇ ਆ ਗਏ ਪਿੰਡੋਂ ਵਾਪਸ ਜਦੋਂ ਇੱਥੇ ਆ ਕੇ ਸਾਡੀ ਗੱਲ ਹੋਈ ਪੁੱਛਿਆ ਮੈਂ ਆਗੂਆਂ ਨੂੰ ਮੈਂ ਕਿਹਾ ਜੀ ਟਰੱਕ ਮੇਰੀ ਡੀਐਸਪੀ ਨਾਲ ਗੱਲ ਹੋਈ ਤੁਹਾਡਾ ਡੀਐਸਪੀ ਲੱਗਿਆ ਇੱਥੇ ਬੂਟਾ ਸਿੰਘ ਪਤਨੀ ਲੱਗਿਆ ਪਤਨੀ ਲੱਗਿਆ ਮੈਂ ਕਿਹਾ ਬਾਈ ਜੀ ਟਰੱਕ ਕਿਵੇਂ ਲੰਘਾਈ ਜਾਂਦੇ ਹੋ ਇੱਥੇ ਮੁਲਾਜ਼ਮ ਪੁਲਿਸ ਮਿਲੀ ਸੀ ਮੈਂ ਟਰੱਕ ਨੂੰ ਪੁੱਛ ਕੇ ਲਿਆਉਣੇ ਆ ਕਹਿੰਦਾ ਭਾਈ ਤੁਹਾਡੇ ਜਥੇਬੰਦੀਆਂ ਨਾਲ ਗੱਲ ਕਰ ਦੋ ਚਲੋ ਮੈਂ ਹਰਭਜਨ ਸਿੰਘ ਬੁੱਟਰ ਨਾਲ ਗੱਲ ਕੀਤੀ ਹਰਭਜਨ ਹੀ ਹੈ ਨਾ ਹਰਭਜਨ ਸਿੰਘ ਬੁੱਟਰ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਬਾਈ ਜੀ ਐ ਕਰਕੇ ਯਾਰ ਅਸੀਂ ਆਏ ਆ ਵੀ ਟਰੱਕ ਲੰਘਾ ਰਹੇ ਆ ਪੁਲਿਸ ਵਾਲੇ ਇਹ ਕਹਿੰਦੇ ਵੀ ਜਥੇਬੰਦੀਆਂ ਨਾਲ ਗੱਲ ਕਰ ਲਓ ਤਾਂ ਹਰਭਜਨ ਬੁੱਟਰ ਕਹਿੰਦਾ ਵੀ ਤੂੰ ਡਿਕਟੇਟਰ ਆ ਸਾਡੇ ਤੇ ਮੈਂ ਡਿਕਟੇਟਰ ਤਾਂ ਨਹੀਂ ਆ ਪਰ ਅਸੀਂ ਟਰੱਕ ਰੋਕ ਕੇ ਤੁਹਾਡੀ ਕਮੇਟੀ ਬਣਾ ਕੇ ਤੁਹਾਡੇ ਇਲਾਕੇ ਦਾ ਕੰਮ ਵੀ ਤੁਹਾਡੇ ਸਪੁਰਦ ਕਰ ਗਏ ਸੀ ਵੀ ਆ ਲਓ ਜੀ ਇਹਦਾ ਹੁਣ ਤੁਸੀਂ ਫੈਸਲਾ ਕਰਨਾ ਹੈ ਜੇ ਕੋਈ ਤੁਸੀਂ ਫੈਸਲਾ ਕਰ ਵੀ ਲਿਆ ਕਿਸੇ ਪ੍ਰਕਾਰ ਦਾ ਸਮਝੌਤਾ ਹੋ ਵੀ ਗਿਆ ਯਾਰ ਸਾਨੂੰ ਘੱਟੋ ਘੱਟ ਦੱਸਤਾ ਦਿੰਦੇ ਨਾ ਡੀਕਦੇ ਘੱਟੋ ਘੱਟ ਫੋਨ ਤੇ ਦੱਸ ਦਿੰਦੇ ਵੀ ਭਾਈ ਆ ਸਮਝੌਤਾ ਹੋ ਰਿਹਾ ਹਾਲਾਂਕਿ ਇੱਕ ਨੌਜਵਾਨ ਦਾ ਪਤਾ ਨਹੀਂ ਕਿਹੜੀ ਜਥੇਬੰਦੀ ਦਾ ਸੀ ਉਹਦਾ ਮੈਨੂੰ ਫੋਨ ਗਿਆ ਕਹਿੰਦਾ ਬਾਈ ਇਸ ਤਰ੍ਹਾਂ ਗੱਲ ਚੱਲ ਰਹੀ ਆ ਸਮਝੌਤੇ ਦੀ ਮੈਂ ਕਿਹਾ ਵੀਰੇ ਸਾਨੂੰ ਡੀਕ ਲਿਓ 4-5 ਵਜੇ ਨੂੰ ਆ ਜਾਂਗੇ ਆਪਾਂ ਆ ਕੇ ਗੱਲ ਕਰਦੇ ਹਾਂ ਉਦੋਂ ਪਹਿਲਾਂ ਵੀ ਇੱਥੇ ਜਿੰਨੇ ਆਪਦੇ ਸਟੇਸ਼ਨ ਵਾਲੇ ਆ ਉਹ ਇੱਥੇ ਸਾਡੇ ਕੋਲੇ ਆ ਕੇ ਗਏ ਸੀ ਉਹ ਮੀਟਿੰਗ ਕਰਕੇ ਗਏ ਸੀ 15-20 ਬੰਦੇ ਇੱਥੇ ਹੀ ਬੈਠੇ ਤਾਂ ਮੇਰਾ ਉਹਨਾਂ ਨੂੰ ਸਪਸ਼ਟ ਜਵਾਬ ਸੀ ਵੀ ਜਿੰਨਾ ਚਿਰ ਪੰਜਾਬ ਦਾ ਬਾਸਮਤੀ ਕੋਈ ਵੀ ਕਿਸਮ ਹੈ 1509 ਆ 21 ਆ ਮੁਸਲਾ ਜਿਹੜਾ ਵੀ ਮਰਜ਼ੀ ਆ ਜਿੰਨਾ ਚਿਰ ਪੰਜਾਬ ਦਾ ਝੋਨਾ ਨਹੀਂ ਚੱਕਿਆ ਜਾਊਗਾ ਵਾਜਬ ਰੇਟ ਦੇ ਉੱਤੇ ਉਹਨਾਂ ਚਿਰ ਬਾਹਰਲਾ ਝੋਨਾ ਨਹੀਂ ਆਉਣ ਦਿੱਤਾ ਜਾਊਗਾ ਉਸ ਤੋਂ ਬਾਅਦ ਕੀ ਹੁੰਦਾ ਹੈ
सरकार ने सारे पंजाब दे विच पाबंदी ला दी भी बाहरला कोई भी किस्म है किसी तरह की वह पंजाब दे विच नहीं आऊगी। उदू अगे की होया उदू अगे जाके इत्थे यह रौला पै गया कहिंदे यार किसान अपने औखे होणगे किसान ना विरुद्ध हो जाण। मैं यार चलो आपां पातरी चलने आ ऐसो भाई जी कट्ठे होकर पातरी मंडी मंडी वा के वीडियो सुनी होनी है उहदे मैं यही बोलिया किसान भरावां नूं भी यार कोई गल नहीं जे असीं दो चार दस दिन औखे हो लांगे अपनी फसल घरे रख लांगे कोई फर्क नहीं पैंदा। मेरा भी यह ना हो आपां काले ही दे विच आपां आपदां दी विरुद्ध हो जाईए भी नहीं यार साडी तां ढेरी लाही पई आ बोली इन्हां ने बंद करती है कट्ठे होके सारे ने इन्हां ने जिन्ने सेला प्लांट वाले है सारे ने कट्ठे होके पूरे पंजाब च बोली बंद की हुई है कली पातरी जां समाणे जां इत्थे कदे फनौली नहीं होई बोली बंद जिहड़ी। चलो इत्थों की होया अईए जाके बोले सानूं इहदे पंज ट्रालियां वापस लेके आए मुंडे मुंडे ताडे सिर गेदे कहिंदे भाई तुहाडी वीडियो सुन के वापस मंडी चो चक ले आए हैं बासमती कोई गल नहीं महीना घरे रख लांगे उदों बेचांगे जदों हल हो गया। असीं किहदी खातर इत्थे खड़े सी बई अजे आउंदे खड़े हैं यार सत बंदे गड्डी च सौ गड्डी रोकनी 200 बंदे नूं रात नूं खड़ के 2 बजे रोकिया सी ते तड़के तक सुट्टे नहीं सारियां गड्डियां किहदी खातर बई ਸੋਡੇ ਏਰੀਏ ਦੇ ਝੋਨੇ ਸੋਡੇ ਏਰੀਏ ਦੇ ਵਿੱਚ ਬਾਸਮਤੀ ਜ਼ਿਆਦਾ ਤੁਸੀਂ ਲਾਉਨੇ ਹੋ ਇੱਥੇ ਸੋਡੇ 22 ਸੈਲਾ ਪਲਾਂਟ ਲੱਗੇ ਹੋਏ ਆ ਇੱਥੇ ਉਸ ਤੋਂ ਬਾਅਦ ਕੀ ਹੁੰਦਾ ਹੈ ਚਲੋ ਅਸੀਂ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਉੱਥੇ ਫਿਰ ਇੱਕ ਮੁੰਡਾ ਆਉਂਦਾ ਹੈ ਜਿਹਦਾ ਨਾਮ ਮਨਵੀਰ ਸੰਧੂ ਹੈ ਜਿਹੜਾ ਸੁੱਖਾ ਸਿੰਘ ਮੌਲਵੀ ਵਾਲੇ ਦਾ ਮੁੰਡਾ ਹੈ ਸੁੱਖਾ ਸਿੰਘ ਮੌਲਵੀ ਵਾਲਾ ਕਹਿੰਦਾ ਹੈਗਾ ਮੈਂ ਕਿਸਾਨ ਹੈ ਪਰ ਆੜਤੀਆ ਵੀ ਹੈ ਤੇ ਨਾਲ ठेके शैलर भी लिया होया मेनू कहना भाई यार अपने किसान तंग हो गए ए ना करो ए ना करो। मैं यार कोई गल नहीं है दो चार दिन आप घरे रख लांगे अगे भी बासमती आप महीना महीना रख लेने भी कोई गल नहीं रेट बधूगा बेच आवेंगे यार मखे तो फिर वो गल होगी भी हड़ताल करे साड़ी धौन से गोडा धरन गए तो सू मजबूर करके कहे भी कोई गल नहीं एक किड्डा देखो अज ये हड़ताल करी बैठे है पहला मकसद की है इन्हों इरादा की है इरादा बड़ा साफ है भी जां बाहरला झोना इत्थे आउण दे असीं खरीदांगे ते नहीं सोडा भी नहीं खरीदना दसो भी ये गुंडागर्दी नहीं है ये नादरशाही तानाशाही नहीं है ये कट्ठे होकर सारे सेले प्लांट वाले जिन्हें खरीददार है व्यापारी अड़त गए है बाहरों ये 12-12, 15-15 सौ रुपए यूपी एमपी चो लिया के इत्थे ट्रक साडे वाला किवें करदे आ आ बाई दसदा सीगा बाई तू आपदे मूहों दस तू दस बाई जिहड़ी ढेरी कोले कहिंदे आ जांदे आ ना एक बार अगला कहते भी रेट घट आते मुड़ के ढेरी को नहीं आते जेडे कहते 3500 चकते हैं जी 4000 चकते हैं। ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਭਾਈ ਵੀ ਪਹਿਲੀ ਵਾਰ ਬੋਲਿਆ ਕਦੇ ਬੋਲਿਆ ਤਾਂ ਹੈ ਨਹੀਂ ਤਰੋਂ ਨਹੀਂ ਸਾਡੀ ਤੇ ਗੱਲ ਇਹ ਹੈ ਵੀ ਇੱਕ ਵਾਰੀ ਜਦੋਂ ਢੇਰੀ ਦੀ ਬੋਲੀ ਹੋ ਜਾਂਦੀ ਹੈ ਬੋਲੀ ਹੋਣ ਤੋਂ ਬਾਅਦ ਉਹਦੇ ਉੱਪਰ ਦੁਬਾਰਾ ਜੇ ਕਿਸਾਨ ਕਹਿੰਦਾ ਵੀ ਮੈਂ ਇਸ ਰੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਵੇਚਣਾ ਤੇ ਉਹਨੂੰ ਦੁਬਾਰੇ ਉਹਦੇ ਉੱਪਰ ਕੋਈ ਰੇਟ ਨਹੀਂ ਲਾਇਆ ਜਾਂਦਾ ਹੈਗਾ मैनू तो ऐ दो ढाई बजे सी मैं यार 5 बजे दिनों पिंड पहुंच जूंगा ते मैनू ऐ नहीं पता वी राह च बंगाड़ा खड़ा होऊगा छोटी खातर ही खड़ा यार ते आ जिहड़ा अपने आप नूं कहाउंदा कि मैं अपना किसान है कल बी उन्हें एक वीडियो पाई है देखी है मुंडे मनवीर संधू ने तो उन्हें एक वीडियो पाई है कहते जी आ फसा गया लखा इतने आ देखो साडिया ढेरिया गम खा गया झोना सलाबियां हो गई जी ऐसा मर गए आ लखा सू फसा के भज गया जी कोई नी बेबे असी काम ही इसे ते आ महीने जो दिन घरे चार ही रहने 26 दिन बाहर नहीं परवाह करते नहीं बेबे बेबे सिर ते कफन बन लिया ना छोटी गल जमा सही आ पातड़ा जित लिया
मान लो तुसी पूरे पंजाब ते पूरी इंडिया ते राज करोगे, ये साडा वादा है। कोई ना कोई ना भी हाँ चल भाई। तो एक अच्छा बेबे ने गल कही के पातलाना पंगा लेना बड़ा औखा है, इतने बड़े कुछ रले हुए ने, सारे इकट्ठे हुए हुए चोर ने। तो बेबे नू कहने बेबे कोई गल नहीं, परवाह ना कर दे, आ लोग जाग खड़े ना, जे ना जागृति आ गई तो फिर तो बड़े बड़े चोर ने डेरे सारे भजन गए। बेबे बैठन गए बेबे उ आए अज यार नौजवान तो उही सुटेल गए ने, जेडे उदे भी बेचारे रात नू मैं कह के कहिंदे ने गड्डियां रोकियां ने। हुण भाई जी मैं गल करदा सीगा, इक मिंट बाबू मैं गल करदा सी उहनां बंदियां दी जेडे बंदियां ने कल वीडियो पाए कहा कि यार इहदा जिम्मेवार लखा है। लखा जी पैसे लैके भज गया जी, साडे झोने ते सलाबे गए जी, किसान मर रहा, लखा हुण आ के जवाब देवे जी कि लखा साडे पैसे दे के जाऊगा जी। हुण यार जे इत्थे पता हालात की होए आ भरा, जे गड़े पै गए उहदा जिम्मेवार लखा है जी, मीह पै गया नेरी आ गया जिम्मेवार रखा जी, गुरदासपुर फिरोजपुर च पए ने, कितने ही हो जे इत्थे किसे दा कुत्ता मर जे ना गड्डी थले आके उहदा जिम्मेवार रखा जी। चार मीह मैं पवाता भाई, मैं उस बंदे नूं अज पुछण आया तुहाडी धरती पातरा दे टोल प्लाजे ते खड़ा है वी, जे असले दा तां सबूत लिया के रख, लैके आ सबूत जिहड़ी तूं गल करदा ना कि लखां पैसे लैके भज गया, लिया किहड़े तों लए आ ते किहड़े मैं ट्रक छड्डे आ, जेड़े बंदे ने ट्रकां दा समझौता कीता उह बंदियां दा मैं ना बोलता, उह बंदे आप जवाब देण ना। मैं उस मीटिंग दे विच आ, उस मीटिंग दे विच तुहाडे डीएसपी तुहाडे वाला ते तुहाडे वाला एसएचओ इत्थों वाला पत्रां वाला ते एसडीएम भी सी, एसडीएम तहसीलदार ते इह नुमाइंदे ते उधरों आ जी आर्थिक इह बैठे आ। किसे मैं मीटिंग दा हिस्सा होवां, किसे मैनूं पता होवे इहनां दी की गल्लबात होई है ਤਾਂ ਮੈਂ ਦੇਣਦਾਰ ਹੋਊਗਾ ਲੋਕਾਂ ਦੀ, ਤੁਹਾਡੀ ਕਚਹਿਰੀ ਜਾ ਮੈਂ ਪਾਤਰਾਂ ਸਮਾਣੇ ਵਾਲਿਓ। ਇਹ ਗੱਲ ਦਾ ਜਵਾਬ ਮੈਂ ਉਸ ਬੰਦੇ ਤੋਂ ਲੈਣਾ ਜਿਹੜੇ ਬੰਦੇ ਨੇ ਗੱਲ ਕੀਤੀ ਹੈ ਕਿ ਲੱਖਾਂ ਇੱਥੇ ਪੈਸੇ ਲੈ ਕੇ ਉੱਡ ਗਿਆ ਤੇ ਸਾਨੂੰ ਫਸਾ ਕੇ ਉੱਡ ਗਿਆ। ਤੁਹਾਨੂੰ ਮੈਂ ਕੀ ਦੱਸਦਾ ਬਾਈ, ਮੈਂ ਤੁਹਾਡੀ ਖਾਤਰ ਹੀ ਕਹਿੰਦਾ ਸੀ ਵੀ ਬਾਈ ਜਦੋਂ ਬਾਹਰੋਂ ਝੋਨਾ ਆਉਂਦਾ ਹੈ ਸਾਡੇ ਝੋਨੇ ਨੂੰ ਨੱਕ ਮਾਰ ਕੇ ਲੈਂਦੇ ਆ 3500-4000 ਵਾਲੇ, ਜੇ ਬਾਹਰੋਂ ਨਾ ਆਵੇ ਤਾਂ ਇੱਥੋਂ ਦਾ ਕਿਸਾਨ ਇਹ ਕਹੂ ਬਾਈ ਮੈਂ ਤਾਂ 5000 ਨੂੰ ਦੇਵਾਂ, ਲੈਣਾ ਪਊਗਾ। ਜੋ ਬਾਹਰੋਂ ਆਮ ਆਈ ਜਾਂਦਾ 1800 ਗੱਡੀ KRBL ਧੂਰੀ ਵਾਲਿਆਂ ਦੀ ਭਰੀ ਖੜੀ ਆ ਮਗਰ ਕਹਿੰਦੇ। ਹੁਣ ਤਾਂ ਸਰਕਾਰ ਨੇ ਰੋਕ ਦੀ ਪਾਬੰਦੀ ਲਾਈ ਹੋਈ ਸਰਕਾਰ ਨੇ, ਪਰ ਜਿੱਦੇ ਖੁੱਲੇਗਾ ਤੁਸੀਂ ਦੇਖਿਓ ਸਾਡਾ ਕਿਹਨੇ ਖਰੀਦਣਾ, ਸਾਡਾ ਉਹੀ ਕਹਿ ਦਿੰਦੇ ਆ। ਜਿਵੇਂ ਬਾਈ ਨੇ ਦੱਸਿਆ ਕਿ ਮੇਰਾ ਜੀ ਚੱਕਿਆ ਨੀ ਝੋਨਾ, ਜੇ ਇੱਕ ਵਾਰੀ ਬੰਦਾ ਕਹਿੰਦਾ ਯਾਰ ਮੈਂ ਤਾਂ ਬਾਈ 3500 ਨੀ, ਮੈਂ ਤਾਂ 3700-3800 ਨੂੰ ਦੇਣਾ, ਗਾਂਹ ਤੁਰ ਜਾਂਦਾ ਮੁੜ ਕੇ ਪੁੱਛਦੇ ਨੀ, ਕਾਰ ਪੁੱਛਣਗੇ ਕਿਉਂ ਬਾਈ, ਅਗਲਾ ਬਾਹਰੋਂ ਮੰਗਾਈ ਜਾਂਦਾ। ਪਰ ਮੈਂ ਹੈਰਾਨ ਆ ਯਾਰ ਇਹਨਾਂ ਲੋਕਾਂ ਦੇ, ਅੰਦਰੋਂ ਮੈਂ ਤੁਹਾਡੇ ਲਈ ਮਰਦਾ ਫਿਰਦਾ ਰਾਤ, ਮੇਰੇ ਖਿਲਾਫ਼ ਮੋਰਚਾ ਖੋਲ ਦਿੰਦੇ ਆ। ਹੁਣ ਕੀ ਉਹ ਬੰਦਾ ਇੱਥੇ ਬੈਠਾ, ਮੈਂ ਉਹਨੂੰ ਕਹਿਣਾ ਚਾਹੁੰਦਾ ਲੈ ਕੇ ਆ ਬਈ ਸਬੂਤ, ਵੀਡੀਓ ਤਾਂ ਪਾ ਦੀ ਮੂੰਹ ਚੱਕ ਕੇ ਕਿ ਇਹਦਾ ਜ਼ਿੰਮੇਵਾਰ ਲੱਖਾ, ਆ ਬੈਠਾ ਮੈਂ ਪਾਤਰਾਂ ਦੀ ਧਰਤੀ ਤੇ, ਆ ਜਾ ਲਿਆ ਮੈਂ 2-4 ਘੰਟੇ ਇੱਥੇ ਹੀ ਹੈ, ਜਦੋਂ ਤੇਰਾ ਤੂੰ ਨੇੜੇ ਬੈਠਾ 2-4 ਕਿਲੋਮੀਟਰ ਬੈਠਾ, ਲਿਆ ਆ ਜਾ, ਆ ਮੇਰੀ ਆਵਾਜ਼ ਤੇਰੇ ਕੋਲੇ ਚਲੀ ਗਈ ਹੋਣੀ ਹੈ, ਇੱਥੇ ਬਹੁਤ ਨੌਜਵਾਨਾਂ ਕੋਲੇ ਮੋਬਾਈਲ ਚੱਲੀ ਜਾਂਦੇ ਆ, ਲੈ ਕੇ ਆਓ ਆ ਜੋ ਜਿਹੜਾ ਮੈਂ ਇੱਥੋਂ ਚੱਕ ਕੇ ਲਗਿਆ, ਜਾਂ ਪੈਸੇ ਮੈਂ ਲੈ ਕੇ ਗਿਆ, ਜਾਂ ਮੈਂ ਟਰੱਕ ਛੜਾਏ ਆ, ਜਾਂ ਮੈਂ ਨਗਾਏ ਆ, ਜਾਂ ਮੈਂ ਕਿਸੇ ਮੀਟਿੰਗ ਦਾ ਹਿੱਸਾ। ਸੋ ਅਗਲੀ ਗੱਲ ਸਭ ਤੋਂ ਨੌ ਮੈਨੂੰ ਗੱਲ ਪੂਰੀ ਕਰ ਲੈਣ ਦੇ। ਸੋ ਇਹ ਗੱਲਾਂ ਜਿਹੜੀਆਂ ਕਰਦੇ ਆ ਪ੍ਰਧਾਨ, ਮੈਂ ਪ੍ਰਧਾਨ ਨੂੰ ਕਹਿਣਾ ਚਾਹੁੰਦਾ ਅੱਜ ਸੁਣਦਾ ਇੱਥੇ ਚੈਨਲ ਤੁਹਾਡੇ ਕੋਲ ਗੱਲ ਚਲੀ ਜਾਂਦੀ ਆ ਵੀ ਪ੍ਰਧਾਨ ਬੰਗਾਂ ਕੋਲੋਂ ਚੋਰ ਨੀ ਮਰਵਾਈ ਦੇ, ਬੰਗਾਂ ਕੋਲੋਂ ਚੋਰ ਨਾ ਮਰਵਾ, ਜੇ ਮਰਦ ਦਾ ਬੱਚਾ ਹੈ ਤਾਂ ਨਿੱਤਰ ਕੇ ਮੈਦਾਨ ਚ ਆ, ਜੋ ਗੱਲ ਕਰਨੀ ਆ ਸਾਹਮਣੇ ਹੋ ਕੇ ਕਰ, ਆ ਜਨਾਨੀਆਂ ਵਾਲੀਆਂ ਗੱਲਾਂ ਨਾ ਕਰੋ, ਬੁੜੀਆਂ ਵਾਲੀਆਂ ਗੱਲਾਂ ਨਾ ਕਰੋ ਕਿ ਪਿੱਠ ਪਿੱਛੇ ਤੁਸੀਂ ਕਦੇ ਮੈਨੂੰ ਬਦਨਾਮ ਕਰਨ ਤੁਰਦੇ ਆ। ਸਿੰਘੂ ਵਾਲੇ ਉੱਥੇ ਘਟਨਾ ਤੇ ਇਹਨੇ ਇੱਕ ਕਾਰ ਲਾ ਤੇ ਜੀ, ਇਹਨੇ ਬਾਣੇ ਲਾ ਤੇ ਜੀ, ਇਹ ਸਿੱਖੀ ਦਾ ਵਿਰੋਧੀ ਆ ਜੀ, ਇਹ ਪੰਥ ਦਾ ਵਿਰੋਧੀ ਆ ਜੀ, ਇਹ ਮਾਫੀ ਮੰਗੇ। ਫਿਰ ਤੁਸੀਂ ਇੱਥੇ ਉਹੀ ਮਨਵੀਰ ਆ ਜਿਹੜਾ, ਚੈੱਕ ਕਰ ਲਓ ਸੱਜਣੋ, ਪਤਾ ਲੱਗ ਜੂ ਕਿਹੜੇ ਪ੍ਰਧਾਨ ਨੂੰ ਕਹਿ ਰਿਹਾ ਮੈਂ, ਚੈੱਕ ਕਰ ਲਓ ਮਨਵੀਰ ਸੰਧੂ ਕਿਹੜੀ ਟੀਮ ਦਾ ਹਿੱਸਾ ਹੈ,
ਕਿਹੜੀ ਜੁੰਡਲੀ ਦਾ ਕਿਹੜੀ ਟੀਮ ਦਾ ਹਿੱਸਾ ਬੰਦਾ ਉਹ ਕਿਉਂ ਬੰਦੇ ਨੇ ਮੇਰੇ ਖਿਲਾਫ ਵੀਡੀਓ ਪਾਈ ਆ ਤੁਹਾਨੂੰ ਉਹਦੀ ਸਮਝ ਆ ਜੂਗੀ ਕਿ ਕਿਸ ਤਰੀਕੇ ਨਾਲ ਮੇਰੇ ਤੇ ਬਦਨਾਮੀ ਦਾ ਟੈਗ ਲਾ ਰਹੇ ਆ ਦਾਗ ਲਾ ਰਹੇ ਆ ਇਹ ਗੱਲ ਕਹਿ ਕੇ ਜਾਣਾ ਧਰਤੀ ਤੇ ਖੜ ਕੇ ਕਿ ਜ਼ਿੰਦਗੀ 'ਚ ਲੱਖੇ ਨੂੰ ਪੈਸਾ ਨਹੀਂ ਕਦੇ ਖਰੀਦ ਸਕਦਾ ਉਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੀ ਜ਼ਿੰਦਗੀ 'ਚ ਲੱਖੇ ਨੂੰ ਕਦੇ ਪੈਸਾ ਨਹੀਂ ਖਰੀਦ ਸਕਦਾ ਮਾਣ ਨਹੀਂ ਕਰਦਾ ਆਪਣੇ ਆਪ ਤੇ ਕਮਾਉਣਾ ਹੁੰਦਾ ਇੱਥੇ ਬਿਲਕੁਲ ਇੱਥੇ ਮੈਂ ਇਹ ਵੀ ਪਰਮਾਤਮਾ ਦੀ ਕਸਮ ਖਾ ਕੇ ਗੱਲ ਕਹਿਣਾ ਇੱਥੇ ਮੈਨੂੰ ਖੜੇ ਨੂੰ ਗਟਰਾ ਨਿਹਾਲੇ ਵਾਲੇ ਤੋਂ ਗਟਰਾ ਟਰੱਕ ਜਿੰਨ ਦਾ ਪ੍ਰਧਾਨ ਵੀ ਰਿਹਾ ਸਰਪੰਚ ਵੀ ਰਿਹਾ ਫੋਨ ਆਇਆ ਮੇਰੇ ਦੋਸਤ ਮੇਜਰ ਵਾਲੇ ਦੇ ਫੋਨ ਤੇ ਕਹਿੰਦਾ ਦੱਸ ਪ੍ਰਧਾਨ ਮੇਰੀਆਂ ਵੀ ਗੱਡੀਆਂ ਫਸੀਆਂ ਹੋਈਆਂ ਹੋਰਾਂ ਦੀਆਂ ਫਸੀਆਂ ਹੋਈਆਂ ਕਰਨਾ ਕੋਈ ਸਮਝੌਤਾ ਮੈਂ ਗਟਰੇ ਤੇਰੇ ਨਾਲ ਲਿਆਜ ਰਹੀ ਆ ਆਹ ਗੱਲ ਅੱਜ ਕਹਿੰਦੀ ਦੁਬਾਰੇ ਨਾ ਕਹੀ ਕੋਈ ਬੰਦਾ ਦੁਨੀਆ ਦੇ ਵਿੱਚ ਜਿਹੜੇ ਕਹਿੰਦੇ ਆ ਉਹ ਕਰਦਾ ਕਰਦਾ ਮੈਂ ਕਹਿੰਦਾ ਸਾਬਤ ਕਰ ਦਿਓ ਤੁਹਾਡੀ ਲੋਕੋ ਜੁੱਤੀ ਹੁੰਦੇ ਮੇਰਾ ਸਿਰ ਹੋਊਗਾ ਤੀਜੇ ਦਿਨ ਉੱਠ ਕੇ ਲੱਖਾ ਆਹ ਕਰ ਗਿਆ ਲੱਖਾ ਉਹ ਕਰ ਗਿਆ ਐ ਪ੍ਰਾਪੇ ਕੰਡੇ ਕਰਕੇ ਪ੍ਰਧਾਨ ਐ ਪ੍ਰਾਪੇ ਕੰਡੇ ਕਰਕੇ ਨੀ ਲੱਖਾ ਬਦਨਾਮ ਹੁੰਦਾ ਕੋਈ ਠੋਸ ਗੱਲ ਲੱਭ ਕੇ ਲਿਆ ਜੇ ਲੱਖੇ ਨੂੰ ਬਦਨਾਮ ਕਰਨਾ ਤਾਂ ਤਲੀ ਦੇ ਧਰ ਕੇ ਚੱਲੇ ਹੋਏ ਤਲੀ ਦੇ ਆਪਣੇ ਪੰਜਾਬ ਦੀ ਖਾਤਰ ਐਵੇਂ ਨੀ ਆ ਬੇਬੇ ਕਹਿੰਦੀ ਸੀ ਬੇਬੇ ਨੂੰ ਇਹੀ ਗੱਲ ਕਹੀ ਆ ਬੇਬੇ ਮਹੀਨੇ ਦੇ 25 ਦਿਨ ਬਾਹਰ ਹੀ ਹੁੰਦੇ ਆ ਮੈਂ ਵੀ ਪਰਿਵਾਰ ਵਾਲਾ ਮੇਰੇ ਵੀ ਜਵਾਕ ਹੈ ਇਸੇ ਕਰਕੇ ਵੀ ਆਹ ਮੇਰੇ ਲੋਕ ਜਾਗਣੇ ਚਾਹੀਦੇ ਆ ਕਿਉਂਕਿ ਪੰਜਾਬ ਦੀ ਹੋਂਦ ਦਾ ਸਵਾਲ ਹੈ ਪੰਜਾਬ ਦੇ ਵਜੂਦ ਦਾ ਸਵਾਲ ਹੈ ਸਾਡੀ ਆਉਣ ਵਾਲੀ ਨਸਲਾਂ ਦਾ ਸਵਾਲ ਹੈ ਸਾਡੀ ਸੱਭਿਆ ਦਾ ਸਵਾਲ ਆ ਇਸੇ ਕਰਕੇ ਲੜ ਰਹੇ ਹਾਂ ਵੀ ਆਪਣਾ ਮੈਨੂੰ ਬਥੇਰੇ ਦਿੰਦੇ ਆ ਤੁਰੇ ਫਿਰਦੇ ਆਹ ਕਰਦਾ ਉਹ ਕਰਦਾ ਕਮਾਉਣੇ ਹੁੰਦੇ ਕਮਾ ਕੇ ਜਾਂਦਾ ਤਾਂ ਪਤਾ ਵੀ ਨਹੀਂ ਲੱਗਣਾ ਕਿਸੇ ਨੂੰ ਤੇ ਜਿਹੜੇ ਦਲਾਲ ਇਹ ਕਹਿੰਦੇ ਆ ਕਿ ਲੱਖੇ ਨੇ ਇੱਥੇ ਸਮਝੌਤਾ ਕੀਤਾ ਲੱਖੇ ਨੇ ਪੈਸੇ ਲਿੱਤੇ ਆ ਉਹਨਾਂ ਦਲਾਲਾਂ ਨੂੰ ਚੈਲੰਜ ਆ ਵੀ ਤੁਹਾਡੀ ਧਰਤੀ ਦੇ ਖੜਾ ਆ ਕੇ ਜੇ ਪਿਓਦੇ ਆ ਤਾਂ ਆ ਕੇ ਸਾਬਤ ਕਰੋ ਸਬੂਤ ਦਿਓ ਤੇ ਨਹੀਂ ਬੜਾ ਸੋ ਭਰਾਵੋ ਇੰਨੀਆਂ ਹੀ ਮੈਂ ਗੱਲਾਂ ਤੁਹਾਡੇ ਨਾਲ ਮਨ ਭਰਿਆ ਵਾ ਸੀਗਾ ਗੱਲਾਂ ਕਰਨ ਆਇਆ ਰੋਜ਼ ਰੋਜ਼ ਮੈਥੋਂ ਨਹੀਂ ਕਿਸੇ ਦਾ ਜਵਾਬ ਦਿੱਤਾ ਜਾਂਦਾ ਇੱਕ ਤੁਹਾਨੂੰ ਹੋਰ ਮੈਂ ਗੱਲ ਦੱਸ ਦਿੰਦਾ ਆ ਡੇਲੀ ਪੋਸਟ ਵਾਲੇ ਸੁਣ ਲਓ ਡੇਲੀ ਪੋਸਟ ਨੇ ਖਬਰ ਪਤਾ ਕੀ ਚਲਾਈ ਹੈ ਲੱਖਾ ਸਧਾਣਾ ਕਿਸਾਨਾਂ ਦਾ ਦੁਸ਼ਮਣ ਮੈਂ ਉਹ ਡੇਲੀ ਪੋਸਟ ਨੂੰ ਕਹਿਣਾ ਚਾਹੁੰਦਾ ਹੈ ਡੇਲੀ ਪੋਸਟ ਜਾਣ ਦੋ ਕਿਹਦਾ ਚੈਨਲ ਆ ਬਈ ਡੇਲੀ ਪੋਸਟ ਗੁਰਦੀਪ ਜੁਝਾਰ ਲੁਧਿਆਣੇ ਵਾਲਾ ਜੁਝਾਰ ਬਰਸ ਵਾਲਾ ਉਹ ਚਲਾਉਂਦਾ ਬਾਦਲਾਂ ਦਾ ਚੈਨਲ ਆ ਜਿਹੜਾ ਲਿਖਦਾ ਕਿ ਲੱਖਾਂ ਕਿਸਾਨਾਂ ਦਾ ਦੁਸ਼ਮਣ ਹੈ ਮੈਂ ਉਹਨੂੰ ਪੁੱਛਣਾ ਚਾਹੁੰਦਾ ਡੇਲੀ ਪੋਸਟ ਵਾਲਿਆਂ ਨੂੰ ਕਿ ਬਾਦਲਾਂ ਦੇ ਖਿਲਾਫ ਕਦੇ ਇੱਕ ਵੀ ਖਬਰ ਚਲਾਈ ਹੈ ਕਦੇ ਸੁਖਬੀਰ ਬਾਦਲ ਦੇ ਖਿਲਾਫ ਕੱਢ ਕੇ ਦਿਖਾ ਦਿਓ ਤੜਕਿਓ ਤੜਕਿਓ ਸੁਖਬੀਰ ਬਾਦਲ ਫੋਨ ਕਰ ਦਿੰਦਾ ਜੁਝਾਰ ਗੁਰਦੀਪ ਨੂੰ ਵੀ ਲੱਖੇ ਦੇ ਖਿਲਾਫ ਕੁਛ ਨਾ ਕੁਛ ਚਲਾਈ ਰੱਖੋ ਮੈਂ ਦੁਸ਼ਮਣ ਕਿਸਾਨਾਂ ਦਾ ਬਾਈ ਸੁਖਬੀਰ ਦੁਸ਼ਮਣ ਕਿਸਾਨਾਂ ਦਾ ਦੱਸੋ ਜਿਹੜੇ ਬੰਦੇ ਕਾਨੂੰਨਾਂ ਦੇ ਹੱਕ ਚ ਨੇ ਕਾਨੂੰਨ ਪਾਸ ਕਰਾਉਣ ਦੇ ਹੱਕ ਚ ਨੇ ਉਹ ਬੰਦੇ ਦੁਸ਼ਮਣ ਨੇ ਕਸੀ ਦੁਸ਼ਮਣ ਆ ਜਿਹੜੇ ਮਰਦੇ ਫਿਰਦੇ ਸਾਲ ਸਵਾ ਸਾਲ ਹੋ ਗਿਆ ਯਾਰ ਬਿਲਕੁਲ ਬੇਬੇ ਕਹਿੰਦੀ ਸਾਰੀ ਸਿੱਖ ਕੌਮ ਸਾਰਾ ਪੰਥ ਵੇਚ ਕੇ ਬਾਦਲਾਂ ਨੇ ਖਾ ਲਿਆ ਹਾਂ ਬਿਲਕੁਲ ਬੇਬੇ ਗੱਲ ਤੇਰੀ ਸਹੀ ਹੈ ਛੱਡੇ ਹੀ ਕੁਛ ਨੀ ਤਬਾਹ ਕਰਤਾ ਤੇ ਤੁਸੀਂ ਕਹਿੰਦੇ ਕਿਸਾਨਾਂ ਦਾ ਦੁਸ਼ਮਣ ਲੱਖਾ ਆ ਮੰਡੀ ਚੋਂ ਮਾਇਆ ਕਰ ਗਿਆ ਤੇ ਮੰਡੀ ਚ ਉਹ ਕਰ ਗਿਆ ਆਹੋ ਡੇਲੀ ਪੋਸਟ ਵਾਲੇ ਕਰੋ ਪੜਤਾਲ ਸਾਰੀਆਂ ਸਾਰੇ ਪੂਰੇ ਪੰਜਾਬ ਦੇ ਜਿੰਨੇ ਕਾਰੋਬਾਰ ਉਹਨਾਂ ਦੇ ਕਬਜ਼ਾ ਬਾਦਲਾਂ ਦਾ ਤੇ ਗੁਰਦੀਪ ਜੁਝਾਰ ਵਾਲੇ ਦਾ ਡੇਲੀ ਪੋਸਟ ਦੇ ਮਾਲਕ ਦਾ ਤੇ ਬਦਨਾਮ ਕਰ ਦਿਓ ਲੱਖੇ ਨੂੰ ਬੋਲੋ ਜੀ ਮੈਂ ਕੀ ਬੋਲ ਦੋ ਪ੍ਰਕਾਸ਼ ਬਾਦਲ ਨੂੰ ਤੇ ਸੁਖਬੀਰ ਬਾਦਲ ਨੂੰ ਪੁੱਛੋ ਨਾ ਕੌਮ ਜਵਾਬ ਮੰਗਦੀ ਹੈ ਨਾ ਪੁੱਛੋ ਇਹਨਾਂ ਨੂੰ ਵੀ ਜਦੋਂ 84 ਦੇ ਦੰਗੇ ਹੋਏ ਸੀ ਸੰਤ ਪਿੰਡਰਾਂ ਵਾਲਿਆਂ ਤੇ ਅਟੈਕ ਹੋਇਆ ਇੰਨੀ ਦੁਨੀਆ ਮਰੀ ਬਾਦਲ ਖਰਬੂਜੇ ਖਾ ਰਿਹਾ ਸੀ ਆਪਣੇ ਫਾਰਮ ਤੇ ਇਹ ਸਿੱਖ ਕੌਮ ਦਾ ਹਤੈਸ਼ੀ ਏ ਤੇ ਲੱਖਾਂ ਵਿਰੋਧੀ ਏ ਇੰਦਰਾ ਤਾਂ ਨੌਜਵਾਨਾਂ ਨੂੰ ਦੇਖ ਨਹੀਂ ਸਕਦੇ ਨੌਜਵਾਨਾਂ ਤਕੜੇ ਹੋ ਲੱਖੇ ਵੀਰ ਤਕੜਾ ਹੋ ਕੋਈ ਗੱਲ ਨੀ ਐਵੇਂ ਹੁੰਦਾ ਸੱਚ ਦਾ ਰਾਹ ਸਾਰੇ ਰੋਕਦੇ ਹੁੰਦੇ ਨੇ ਪਰ ਗੰਦ ਕੱਢ ਦਿਓ ਮਾਂਜੇ ਲੈ ਲਓ ਵੱਡੇ ਵੱਡੇ ਐਨ ਖਿੱਚ ਕੇ ਗਟਰਾਂ ਦੇ ਵਿੱਚ ਸੁੱਟ ਦਿਓ ਇਹਨਾਂ ਨੂੰ ਇੱਥੇ ਫੇਰ ਮੈਂ ਕਹਿਣਾ ਸੁੱਖਾ ਸਿੰਘ ਆਲਮ ਵਾਲੇ ਮੌਲਵੀ ਵਾਲਾ ਤੇ ਉਹਦਾ ਮੁੰਡਾ ਮਨਵੀਰ ਸੰਧੂ ਲੈ ਆਓ ਬਈ ਸਬੂਤ ਲੈ ਕੇ ਆਓ
सबूत लेके आओ इतो आप छत्र का हार आप गल च पा के जाऊंगा इन्हें लोगों खड़ के कहना लेके आओ साबित करो ये गल कि जन्म जाके मूह कह देने कर गया लखा इतो आ कर गया वह कर गया लियाओ बाकी कोई जिन्हें किसान इतने बैठे ने तुहाडे चोगे अपने बचा रखना चाहता हो कोई बंदा तुहाडे जिहड़ा बोल सकदा लै वाहिगुरु जी का खालसा श्री वाहिगुरु जी की फतेह वाहिगुरु जी जिहड़ी ये गल उठी है अपने